ਉਹ ਪਾਪਾ ਜੀ ਉੱਠ ਗਏ ਜੇ, ਉੱਠ ਗਏ ਮੈਂ ਤਾਂ ਹੌਲਾ ਵੀ ਹੋ ਗਈ ਹਾਂ। ਕੀ ਹਾਲ ਚਾਲ ਆ? ਮੈਂ ਕਿਹੜਾ ਅੰਦਰੋਂ ਪੈਨਸ਼ਨ ਦੇ ਕੇ ਆਇਆ। ਅੱਛਾ, ਹਾਂਜੀ। ਚਾਹ ਪੀਣੀ ਨਹੀਂ ਮੇਰੇ ਪਾਪੇ ਨੇ? ਹਾਂ, ਚੋਹ ਚ ਪੀਣੀ ਹੈ। ਲੈ ਫਿਰ ਐਂ ਕਰ, ਕੀ ਕਰੇ ਤੂੰ ਨਾ, ਬੱਚੇ ਛੱਡਿਆ ਸਕੂਲੇ ਭੱਜ ਗਏ, ਮੈਂ ਫਿਰ ਚਾਹ ਬਣਵਾਉਣਾ ਤੇਰੇ ਤੇ। ਬੱਚਿਆਂ ਨੂੰ ਸਕੂਲ ਛੱਡ ਗਿਆ ਵਾ? ਹਾਂ, ਉਹ ਬੱਸ ਲੰਘ ਗਈ ਅੱਜ ਉਹਨਾਂ ਦੀ, ਮੈਨੂੰ ਜਾਣਾ ਪਊਗਾ। ਉਹ ਘਰ ਦੀ ਮੇਰੀ ਲੇਟ, ਮੈਂ ਤੇ ਘੜੀ ਲੰਮੇ ਪੈਣਾ ਸੀ ਹੋਰ। ਓਹੋ, ਮੈਂ ਨਾ ਤੂੰ ਬੱਚੇ ਛੱਡ ਗਿਆ ਤੇ ਆਉਂਦੇ ਨੂੰ ਤੇਰੇ ਚਾਹ ਤਿਆਰ ਤੇ ਚਾਹ ਪੀ ਕੇ ਮਾਂ ਨਾਲ ਰੈਸਟ ਮਾਰੀ, ਤੈਨੂੰ ਕੀ ਲੋੜ ਆ? ਠੀਕ ਹੈ, ਲੈਣ ਦੀ ਤੇ ਛੱਡਿਆ ਭੱਜ ਗਏ। ਮੈਂ ਚਾਹ ਬਣਾਉਣਾ ਹੈ। ਲਓ ਬਈ, ਮੈਂ ਤੁਹਾਡੇ ਪਿੰਡ ਵਿੱਚ ਆਇਆ, ਮੇਰਾ ਨਾਂ ਭੂਸ਼ਣ ਨਾਥ, ਰਾਜਸਥਾਨ ਮੇਰਾ ਡੇਰਾ ਹੈ। ਭਾਈ ਭਗਤੋ, ਮੈਂ ਤੁਹਾਨੂੰ ਇੱਕ ਜੜੀ ਬੂਟੀ ਦੇਵਾਂਗਾ, ਜੇ ਕਿ ਵੀਰ ਨੂੰ ਪੇਟ 'ਚ ਗੈਸ ਹੁੰਦੀ ਹੋਵੇ, ਘਬਰਾਹਟ ਹੁੰਦੀ ਹੋਵੇ, ਚੱਕਰ ਆਉਂਦੇ ਹੁਣ, ਸਵੇਰੇ ਉੱਠ ਕੇ ਤੁਸੀਂ ਘਰ ਵਿੱਚ ਬੈਠੇ ਨੁਸਖਾ ਤਿਆਰ ਕਰ ਸਕਦੇ ਹੋ। ਤੁਸੀਂ ਕੀ ਕਰਨਾ, ਕਤੀਰਾ ਗੂੰਦ ਲੈਣੀ ਹੈ, ਨਿੰਬੂ ਲੈਣਾ, ਨਿਚੋੜ ਕੇ ਸਵੇਰੇ ਨਰਨੇ ਕਾਜੇ ਪੀ ਲਓ, ਤੁਹਾਡਾ ਪੇਟ ਸਾਫ਼ ਹੋਜੂ, ਮੇਦੇ 'ਚ ਪਈ ਗਰਮੀ ਨਿਕਲ ਜੂ। ਦੂਸਰੀ ਗੱਲ ਇਹ ਹੈ ਵੀ ਨਹੀਂ ਪੇਟ ਸਾਫ਼ ਹੁੰਦਾ, ਫਿਰ ਤੁਸੀਂ ਜੀਰਾ ਭੁੰਨ ਲੈਣਾ, ਜੀਰਾ ਭੁੰਨ ਕੇ ਥੋੜ੍ਹੀ ਸੌਂਫ ਪਾ ਲੈਣੀ, ਨਰਨੇ ਕਾਜੇ ਪੀ ਲੈਣੀ, ਉਹ ਵੀ ਤੁਹਾਡਾ ਪੇਟ ਸਾਫ਼ ਹੋਜੂ। ਜੇ ਕਹਿੰਦੀ ਨਿਗਾਹ ਕਮਜ਼ੋਰ ਹੋਵੇ, ਸੱਪ ਦੀ ਖੂੰਝ ਹੈਗੀ ਮੇਰੇ ਕੋਲ, ਤੁਸੀਂ ਲੈ ਸਕਦੇ ਹੋ। ਜੇ ਵੀਰ ਨੂੰ ਕਿਸੇ ਨੂੰ ਕੱਖ ਲੱਗਾ ਹੋਵੇ, ਮੇਰੇ ਕੋਲ ਮਣਕਾ ਹੈਗਾ, ਲੈ ਸਕਦੇ ਹੋ। ਜੇ ਘਰ 'ਚ ਬਰਕਤ ਨਹੀਂ ਪੈਂਦੀ, ਕਾਰੋਬਾਰ ਨਹੀਂ ਚੱਲਦੇ, ਮੇਰੇ ਕੋਲ ਗਿੱਦੜ ਸਿੰਘੀ ਹੈਗੀ, ਬੋਲੋ ਕੀ ਦਈਏ? ਬੋਲੋ ਬੋਲ ਭਾਈ, ਕੋਈ ਜਣਾ ਬੋਲਦੇ, ਕੋਈ ਨਹੀਂ ਦੇ ਦਿੰਦੇ ਹਾਂ। ਹਾਂ, ਨਿਗਾਹ ਵਾਸਤੇ ਕਿੰਨੀ ਨਿਗਾਹ ਘੱਟ ਹੈ? ਦੂਰ ਨਹੀਂ ਦਿੰਦਾ, ਇਸੇ ਕਰਕੇ ਮੈਂ ਤੁਹਾਨੂੰ ਲਾਗੇ ਪਾਇਆ, ਨਹੀਂ ਤਾਂ ਤੁਹਾਡੇ ਕੋਲ ਦੂਰੋਂ ਗੱਲ ਕਰਨੀ ਸੀ ਮੈਂ। ਅੱਛਾ, ਤੇਰੀ ਨਿਗਾਹ ਠੀਕ ਆ ਭਾਈ, ਐਨਕ ਤੈਨੂੰ ਲੱਗੀ ਹੈ? ਕਿੰਨੇ ਨੰਬਰ ਆ? ਤਿੰਨ ਨੰਬਰ ਆ, ਬਸ ਕੋਈ ਨਹੀਂ, ਬਾਬੇ ਕੋਲ ਨੁਕਸਾਨ ਨਹੀਂ, ਚਾਰ ਨੰਬਰ ਲੱਗੀ ਲੈ। ਚੰਗਾ ਬਈ, ਚੱਲਦੇ ਹਾਂ। ਬਾਬਿਆਂ ਕੋਲ ਹੁੰਦੀ ਤਾਂ ਬਾਬੇ ਆਪਣੀ ਨਿਗਾਹ ਨਾਲ ਸੈੱਟ ਕਰਾਉਂਦੇ, ਬਾਕੀ ਇਹ ਨੁਸਖੇ ਜਿਹੜੇ ਦੱਸੇ ਘਰਾਂ 'ਚ ਹੁੰਦੇ ਆ, ਮੈਂ ਕਿਸੇ ਦੇ ਮਗਰ ਨਾ ਲੱਗਿਆ ਕਰੋ। ਹਾਂ, ਬਾਕੀ ਰੱਬ ਰੱਬ ਕਰਿਆ ਕਰੋ, ਰੱਬ ਤੋਂ ਉੱਤੇ ਕੋਈ ਨਹੀਂ ਹੈਗਾ, ਮੈਂ ਤੁਹਾਨੂੰ ਦੱਸਾਂ। ਇਹ ਸਭ ਆਡੇ ਵਰਗੇ ਜਿਹੜੇ ਨੇ ਟਾਈਮ ਪਾਸ ਹੀ ਕਰਦੇ। ਚੰਗਾ ਜੀ, ਹਾਏ ਹਾਏ ਲੱਗ ਗਿਆ, ਹਾਏ ਹਾਏ, ਸਕੂਲ ਹੀ ਇੰਨੀ ਦੂਰ ਪਾਇਆ, ਜਦੋਂ ਮੈਂ ਕਹਿੰਦਾ ਇੱਥੇ ਪਿੰਡ 'ਚ ਪਾ ਜਾਓ, ਸ਼ਹਿਰ ਪਾਉਣੇ ਆ, ਛੱਡਾਂ ਲੈ ਪਾਪਾ। ਚਾਹ ਬਾਰੇ ਸੁਣੋ ਤੂੰ, ਲੈ ਵੀ ਪਤੀਲੀ ਮੈਂ ਮਾਂਜੀ ਰੀਝ ਨਾਲ। ਚਲੋ ਪੁੱਤੇ, ਵੀ ਕੰਮ ਨਿਬੇੜਿਆ, ਚੰਗਾ ਠੀਕ ਹੈ ਨਾ? ਜੇ ਮੈਂ ਹੁੰਦਾ ਤੇ ਤੂੰ ਮੇਰੇ ਕੋਲ ਮੰਜਵਾਉਣੀ। ਚਾਹ ਤਰੀ ਉੱਪਰ ਪਾਣੀ ਪਾਇਆ, ਪਾਤਾ ਨਾਲ ਪਾਇਆ ਗੁੜ। ਚੰਗਾ ਕੀਤਾ ਜੀ, ਮੈਂ ਗੁੜਾਂ ਲਈ ਪੀਣਾ ਨਾ, ਮੈਨੂੰ ਛੂਗੜਿਆ, ਹਾਂ ਕੁੱਟਣਾ ਚਾਹੀਦਾ। ਅਦਰਕ ਕੁੱਟ ਕੇ ਸੁੱਟਿਆ ਵਿੱਚ, ਹਾਂ ਲੈ ਨਜ਼ਾਰੇ ਆ ਗਏ। ਲਾਚੀ ਪਾਈ ਤੇ ਨਾਲ ਪਾਇਆ ਇੱਕ ਲੌਂਗ, ਆਹ ਲੌਂਗ ਦਾ ਲਿਸ਼ਕਾ ਰਿਹਾ, ਨਾਲ ਹੀ ਜਦੋਂ ਪਾਈ ਨਾ ਪੱਤੀ, ਪੱਤੀ ਪਹਿਲਾ ਬਾਲਾ ਆਇਆ ਆ ਗਿਆ, ਨਾਲ ਹੀ ਗੈਸ ਠੱਪ। ਉਹ ਤੇਰੀ ਓ ਲਿਆ ਚਾਹ ਚ ਪੀਏ, ਜਦੋਂ ਪਹਿਲਾ ਬਾਲਾ ਦੁੱਧ ਪਾਇਆ ਹੀ ਨੀ, ਦੁੱਧ ਪਾਇਆ ਨੀ, ਮੈਂ ਕੱਚਾ ਬਾਲਾ, ਹਾਂ ਤੇ ਗੈਸ ਮੁੱਕ ਗਿਆ ਜੀ। ਤੇ ਹੁਣ ਐਂ ਕਰ, ਤੂੰ ਆ ਭੱਜ ਕੇ ਨਾ ਫਿਰ ਸਿਲੰਡਰ ਭਰਾ ਲਿਆ। ਸਿਲੰਡਰ ਭਰਾ ਕੇ ਆਈ, ਫਿਰ ਪੀਂਦੀ ਚਾਹ ਗੁੜ ਵਾਲੀ ਅਦਰਕ ਪਾ ਕੇ, ਤੇ ਫਿਰ ਨਾ ਰੈਸਟ ਮਾਰੀ, ਕੰਮ ਤਾਂ ਕੋਈ ਹੈਗਾ ਹੀ ਨਹੀਂ ਹੋਰ, ਆਪਾਂ ਨੂੰ ਹੋਰ ਕੰਮ ਨਹੀਂ ਕੋਈ ਹੈਗਾ, ਕੰਮ ਤਾਂ ਹੈ ਨਹੀਂ ਹੋਰ ਕੋਈ, ਇਹਨੂੰ ਭਰਾ ਕੇ ਲਿਆ। ਉਹ ਨਾ ਲੈਣ ਲੰਬੀ ਜਿਹੀ ਲੱਗੀ ਹੁੰਦੀ ਆ, ਲੈਣ 'ਚ ਲੱਗਣਾ ਪਊ, ਤਾਂ ਕਿਹਾ ਵੀ ਪਹਿਲਾਂ ਚੱਲ ਜਾਣਾ, ਲੈਣ ਲੰਬੀ ਘੱਟ ਹੋਊਗੀ, ਸੈਂਟਰ 'ਤੇ ਬਹਿ ਬਹਿ ਕੇ ਤੁਰੀ ਗਈ ਗਾਣ, ਤਾਂ ਮੈਂ ਨਹੀਂ ਬੈਠਾ, ਇੱਦਾਂ ਤੁਰੀ ਜਾਈ ਤਾਂ ਗਾਣ ਬੜੀ ਵਧੀਆ ਲੈਣ ਬਣਾਈ ਉਹਨਾਂ ਨੇ, ਮੈਨੂੰ 50 ਕਿਹੜੇ ਪੈ ਜਾਏ ਜੀ, ਆਪਾਂ ਬੈਟਰੀ ਵਾਲਾ ਲਕਸ਼ਾ ਲੈ ਜਾਂਦੇ ਹਾਂ। 50 ਰੁਪਈਏ ਦਾ ਉਹ ਸਿਲੰਡਰ 'ਚ ਗੈਸ ਵੱਧ ਮਿਲੂਗੀ, ਕਿਹੜੀ ਕਮ 50 ਦੀ ਉਹ ਖੰਡ ਪੱਤੀ ਆਊ, ਦੁੱਧ ਆਊ,
ਕਿਲੋਮੀਟਰ ਤੁਸੀਂ ਨਵੀਆਂ ਖੁਰਾਕਾਂ ਖਾਧੀਆਂ ਨਾ, ਅਸੀਂ ਪੁਰਾਣੀਆਂ ਖਾਧੀਆਂ, ਸਾਡੇ ਕੋਲ ਟਾਂ ਨਹੀਂ ਤੁਰਿਆ ਜਾਂਦਾ, ਖਾਲੀ ਆ, ਖਾਲੀ ਨਹੀਂ ਨਾ ਚੁੱਕਿਆ ਜਾਂਦਾ, ਮੈਂ ਉਹਨੂੰ ਸਮਝ ਨਹੀਂ ਲੱਗਦੀ ਮੈਂ ਭਰਿਆ ਕਿਤੇ ਚੁੱਕੇਗਾ ਚੁੱਕਾਗਾ ਮਰਿਆ ਸੱਪਾ ਕੰਮ ਦੇ ਕੰਮ ਹੋਇਆ ਉਹ ਮਰ ਪੈ ਗਿਆ ਮਰ ਪੈ ਗਿਆ ਉਹ ਸਿੱਧਾ ਮਰ ਪੈ ਗਿਆ ਮਰ ਪੈ ਗਿਆ ਧਰਨਾ ਦੇਣ ਲੱਗੇ ਤੈਨੂੰ ਵਲ ਪੈਂਦਾ ਝੰਡਾ ਫਾ ਕੇ ਤੁਰ ਪੈਂਦਾ ਉਦੋਂ ਵਲ ਪੈ ਗਿਆ ਝੰਡਾ ਹੌਲਾ ਹੁੰਦਾ ਆ ਝੰਡਾ ਵਾ ਓਏ ਝੰਡਾ ਇਹ ਕੰਮ ਕਰਦੇ ਕੰਮ ਜਿਹੜੇ ਝੰਡਿਆਂ ਤੋਂ ਵੱਧ ਕੇ ਹੁੰਦੇ ਆ ਪਿਓ ਨੂੰ ਖੋਤਾ ਬਣਾਇਆ ਗੱਲ ਹੋਰ ਕੁਛ ਨਹੀਂ ਹੈ ਮੈਂ ਬਣਾਇਆ ਇੱਥੇ ਉਹਨੇ ਵੇਖੀ ਆਇਆ ਨਾ ਧਰਨਾ ਦੇ ਜਣਾ ਤੇ ਬਾਂਦਰਾਂ ਨੂੰ ਛਾਲ ਮਾਰ ਕੇ ਟਾਲੀ 'ਤੇ ਬਹਿਣਾ ਇਹਨੇ ਉਹ ਬੱਲੇ ਸੇਵਾ ਸਿਆ ਉਹ ਵੀਰਿਆ ਕਿੱਧਰ ਇੱਧਰ ਹੀ ਬਸ ਇੱਧਰ ਕਿੱਧਰ ਓਏ ਉਹਦੇ ਆਲੀ ਮਹਿੰਦਰ ਵੱਲ ਤੈਨੂੰ ਵੀ ਕਿਹਾ ਉਹਨੇ ਧਰਨੇ ਦਾ ਤੇ ਕਹਿੰਦਾ ਅੱਜ ਫਿਰ ਕਹਿੰਦਾ ਚੱਲੀਏ ਮੈਂ ਚਲੋ ਮੈਨੂੰ ਤਾਂ ਯਾਰ ਉੱਥੇ ਤਾਂ ਕੰਮ ਬੁੱਢਿਆਂ ਠੇਰਿਆਂ ਦਾ ਹੁੰਦਾ ਤੂੰ ਨੌਜਵਾਨ ਬੰਦੇ ਨੇ ਉੱਥੇ ਕੀ ਕਰਨਾ ਜਾ ਕੇ ਓਏ ਮੈਨੂੰ ਕਹਿੰਦਾ ਪਤਾ ਕੀ ਕਹਿੰਦਾ ਤੁਰਿਆ ਰਹਿ ਤੇ ਵਧੀਆ ਰਹੇਗਾ ਨਾਲ ਤੈਨੂੰ ਪੱਕਾ ਬੋਤਲ ਬੋਤਲ ਦਾ ਲਾਲਚ ਦਿੱਤਾ ਨਾ ਖਿਲਾਰਨਾ ਕਿੱਥੇ ਹੁੰਦਾ ਇਹੀ ਆ ਬਸ ਇੱਥੇ ਖਲੋ ਜਾ ਤੇ ਮੱਛਰ ਮੈਂ ਮੈਨੂੰ ਮੱਛਰ ਬੜਾ ਲੜਦਾ ਸੀ ਕਹਿੰਦਾ ਇੰਨਾ ਕੁ ਪੀਵੀ ਤੇ ਮੱਛਰ ਕਦੇ ਤੇ ਤੂੰ ਕਦੇ ਦਵਾਈ ਦਿੱਤੀ ਮੱਛਰ ਵਾਹ 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 ਚੱਲੀ ਜਾਂਦਾ ਚੱਲ ਆਪਾਂ ਦੋਵੇਂ ਇਕੱਠੇ ਚੱਲਦੇ ਹਾਂ ਚੱਲ 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 ਦਿਮਾਗ ਤੋਂ ਕੰਮ ਲੈ ਖਾਲੀ ਤੁਰ ਕੇ ਚਲ ਜਾਂਦਾ ਤੇ ਭਰਿਆ ਲੈ ਆਉਂਦਾ ਰਕਸ਼ੇ ਤੇ ਸੋਚਿਆ ਜੀ ਤੂੰ ਅੱਛਾ ਗੱਲ ਸੁਣ ਮੇਰੀ ਲੈ ਆਉਣਾ ਮੈਂ ਜਦੋਂ ਗੱਲ ਸੁਣ ਮੇਰੀ ਮਗਰ ਵੱਜ ਗਈ ਫੋਨ ਦੀ ਬੈਲ ਮੈਂ ਫੋਨ ਤੇ ਬੀਜੀ ਹੋ ਗਿਆ ਤੇ ਰੇਂਜ ਨਹੀਂ ਸੀ ਆਉਂਦੀ ਮੈਂ ਚਲ ਗਿਆ ਕੋਠੇ ਤੇ ਉਹ ਬਿੱਲੀ ਦੁੱਧ ਪੀ ਗਈ ਸਰ ਤੇ ਹੁਣ ਐਂ ਕਹਿ ਜਾਂ ਤੇ ਦੋ ਕੋਲ ਦੁੱਧ ਫੜ ਲਿਆ ਤੇ ਜਾਂ ਫਿਰ ਬੱਕਰੀ ਚੋਲਾ ਆਪਾਂ ਬੋਲਣ ਦੇ ਕਿਹੇ ਜੀ ਆ ਕਿ ਨਹੀਂ ਪਤਾ ਲੱਗਣਾ ਵਾ ਬੱਕਰੀ ਚੋ ਦੁੱਧ ਫੜ ਪਾ ਦੇ ਸਾਰੇ ਪਿੰਡ ਨੂੰ ਪਤਾ ਵਾ ਵੀ ਮੇਰਾ ਮੁੰਡਾ ਬਹੁਤ ਸਿਆਣਾ ਪਿਓ ਕੋਈ ਕੰਮ ਨਹੀਂ ਕਰਾਉਂਦਾ ਦੱਸਣਾ ਥੋੜੀ ਬਾਹਰ ਪਈ ਆਪਾਂ ਕੰਮ ਕਰ ਦੱਸਣ ਦੀ ਲੋੜ ਨਹੀਂ ਹੈ ਜਿੱਦਾਂ ਤੂੰ ਮੈਨੂੰ ਘਰੋਂ ਕੱਢਦਾ ਨਾ ਚਾਬੀ ਦੇ ਕੇ ਪਤਾ ਹੁੰਦਾ ਹੀ ਆ ਵੀ ਅੱਜ ਉਹੀ ਕੰਮ ਕਰਕੇ ਗਿਆ ਹੋਣਾ ਬੱਕਰੀ ਉਹ ਚੋ ਕੇ ਗਿਆ ਹੋਣਾ ਤੇਰੀ ਗੱਲ ਮੈਂ ਸੁਣਨੀ ਨਹੀਂ ਹੁਣ ਗੱਲ ਸੁਣ ਪਿਓ ਨੂੰ ਤਸੀਹੇ ਦੇਣਾ ਨਾਲ ਡੇਰੀ 1 ਕਿਲੋਮੀਟਰ ਨਾਲ ਮੋੜ ਤੇ ਆਪਣਾ ਪਿੰਡ ਦਾ ਮੋੜ ਨਹੀਂ ਫਿਰਨੀ ਆ ਡੇਰੀ ਸ਼ਾਪ ਪਿੰਡ ਦਾ ਤੈਨੂੰ ਵੱਜ ਪਤਾ ਮੈਂ ਤੈਨੂੰ ਜੰਮਿਆ ਮੈਨੂੰ ਪਤਾ ਪਿੰਡ ਦੀ ਫਿਰਨੀ ਕਿੱਥੇ ਆ ਓਏ ਆਪਣੀ ਡੇਰੀ ਬੰਦ ਹੋ ਗਈ ਆ ਮਖਮੱਖਰ ਸੋਣ ਵਾਲੀ ਉਹ ਪਰੇ ਖੋਲੀ ਗਈ ਆ ਕਿਲੋਮੀਟਰ ਦੇ ਫੜ ਪੈਸੇ ਤੇ ਜਾ ਕੇ ਨਾ ਦੁੱਧ ਲੈ ਆ ਦੋ ਪੈਸੇ ਕਿੱਥੇ ਗਏ ਪੈਸੇ ਲੈ ਤੈਨੂੰ ਪੈਸੇ ਲੈ ਦਿੰਦਾ ਅੰਦਰੋਂ ਤੇ 2 ਕਿਲੋ ਲੈ ਆਈ ਸੈਂਟਰ ਚੁੱਕਣ ਦਾ ਫੜ ਨਾਲ ਲਿਖਾ 2 ਕਿਲੋ ਝੋਲੀ 'ਚ ਪੈ ਜੂ ਮੈਂ ਚੁੱਕ ਪੈ ਨਹੀਂ ਫੜ ਝੋਲੀ 'ਚ ਪੈ ਜੂ 2 ਕਿਲੋ ਉਹ ਪੈ ਚੁੱਕ ਕੇ ਲੈ ਵਾੜੀਏ ਮੈਂ ਇਕੱਲਾ ਰਿਹਾ ਤੇਰੇ ਕੋਲ ਇਕੱਲੇ ਜੋੜੇ ਚੁੱਕੇ ਜਾਂਦਾ ਓਏ ਤਿਰਕਣ ਨੇ ਟਿਰਕ ਗਿਆ ਲੱਕ ਟੁੱਟ ਗਿਆ ਫੇਰ ਮੇਰਾ ਨਹੀਂ ਟੁੱਟਣਾ ਜਿੱਦਾਂ ਖੋਤਿਆਂ ਕੋਲ ਲੱਗਿਆ ਸੀ ਫੜ ਗਾ ਕੰਮ ਕਰਨ ਲੱਗੇ ਤੁਹਾਨੂੰ ਮੌਤ ਪੈ ਜਾਂਦੀ ਹੈ ਇੱਧਰ ਆ ਕੀ ਜਬਾੜਾ ਬੋਲੀ ਉਹ ਤੁਹਾਨੂੰ ਤੈਨੂੰ ਥੋੜ੍ਹੀ ਕਿਹਾ ਵਾ ਇੱਧਰ ਆ ਗਾ
ਸਤਿਕਾਰ ਜੀ, ਮੈਂ ਹਾਂ ਉਪਾਸਨਾ ਸਿੰਘ। ਚਾਚਾ ਵਿਸ਼ਨਾ ਟੀਵੀ ਚੈਨਲ ਤੇ ਵੇਖੋ ਚਾਚਾ ਵਿਸ਼ਨਾ ਦੀ ਕਾਮੇਡੀ। ਸਤਿਕਾਰ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸਾਥ। ਸੋ ਗਾਇਜ਼, ਚਾਚਾ ਵਿਸ਼ਨਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਵਧੀਆ ਵਧੀਆ ਕਮੈਂਟ ਕਰੋ ਤੇ ਬਹੁਤ ਘੈਂਟ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਅੰਕਿਤਾ ਤੇ ਚਾਚਾ ਵਿਸ਼ਨਾ ਟੀਵੀ ਚੈਨਲ ਤੇ ਵੇਖੋ ਚਾਚਾ ਵਿਸ਼ਨਾ ਦੀ ਕਾਮੇਡੀ।